ਭਾਰੀ ਮੀਂਹ ਦੇ ਚਲਦੇ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਗਿਆ। ਪ੍ਰਸ਼ਾਸਨ ਦੇ ਵੱਲੋਂ ਇਸ ਦਾ ਬਕਾਇਦਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ। ਜਦੋਂ ਤੱਕ ਹਾਲਾਤ ਨਹੀਂ ਸੰਭਾਲੇ ਜਾਂਦੇ ਉਦੋਂ ਤੱਕ ਸਕੂਲ ਬੰਦ ਰਹਿਣਗੇ। ਭਾਰੀ ਮੀਂਹ ਨੇ ਇੱਥੇ ਕਹਿਰ ਮਚਾ ਦਿੱਤਾ। ਨਦੀਆਂ ਸੜਕ ਦਾ ਰੂਪ ਧਾਰ ਚੁੱਕੀਆਂ ਨੇ। ਓਵਰਬ੍ਰਿਜ ਬੁਰੀ ਤਰ੍ਹਾਂ ਪਾਣੀ ਦੇ ਨਾਲ ਭਰ ਚੁੱਕੇ ਨੇ। ਨੱਕੋ ਨੱਕ ਪਾਣੀ ਸੜਕਾਂ 'ਤੇ ਚੜ ਚੁੱਕਿਆ। ਇਹ ਤਸਵੀਰਾਂ ਨਾਗਪੁਰ ਦੀਆਂ ਨੇ। ਨਾਗਪੁਰ ਦੇ ਵਿੱਚ ਜ਼ਿਲ੍ਹਾ ਅਧਿਕਾਰੀ ਦੇ ਵੱਲੋਂ ਸਕੂਲ ਦੇ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਗਿਆ। ਇਸ ਦਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ। ਕਿਸ ਤਰੀਕੇ ਦੇ ਨਾਲ ਸੜਕਾਂ ਨੇ ਨਦੀਆਂ ਦਾ ਰੂਪ ਧਾਰ ਲਿਆ। ਪਾਣੀ ਸੜਕਾਂ 'ਤੇ ਓਵਰਫਲੋ ਹੋ ਚੁੱਕਿਆ। ਵੱਡੇ ਪੱਧਰ 'ਤੇ ਲੋਕਾਂ ਦਾ ਨੁਕਸਾਨ ਹੋ ਰਿਹਾ। ਜਨ ਜੀਵਨ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੋ ਰਿਹਾ। ਹਾਲਾਂਕਿ ਤਪਦੀ ਗਰਮੀ ਤੋਂ ਰਾਹਤ ਜ਼ਰੂਰ ਮਿਲੀ, ਪਰ ਬਦਲੇ ਮੌਸਮ ਨੇ ਲੋਕਾਂ ਨੂੰ ਹੋਰ ਬਿਪਤਾ ਦੇ ਵਿੱਚ ਪਾ ਦਿੱਤਾ। ਤਾਂ ਭਾਰੀ ਮੀਂਹ ਦੇ ਚਲਦੇ ਨਾਗਪੁਰ ਦੇ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਗਿਆ। ਸਕੂਲ ਬੰਦ ਰਹਿਣਗੇ ਜਦੋਂ ਤੱਕ ਹਾਲਾਤ ਨਹੀਂ ਸੰਭਾਲੇ ਜਾਂਦੇ। ਇਸ ਆਫਤ ਨਾਲ ਲੋਕਾਂ ਨੂੰ ਭਾਰੀ ਨੁਕਸਾਨ ਹੋਇਆ। ਬਦਲੇ ਮੌਸਮ ਨੇ ਤਰਥੱਲੀ ਮਚਾ ਦਿੱਤੀ। ਜਿੱਧਰ ਦੇਖੋ ਪਾਣੀ ਹੀ ਪਾਣੀ ਨਜ਼ਰ ਆ ਰਿਹਾ। ਓਵਰਬ੍ਰਿਜ ਨੱਕੋ ਨੱਕ ਬੁਰੇ ਤਰੀਕੇ ਨਾਲ ਭਰ ਚੁੱਕੇ ਨੇ। ਇਸ ਤੋਂ ਬਿਨਾਂ ਬਾਜ਼ਾਰਾਂ ਦੇ ਵਿੱਚ ਸੜਕਾਂ ਪੂਰੀ ਤਰ੍ਹਾਂ ਪਾਣੀ ਦੇ ਨਾਲ ਓਵਰਫਲੋ ਹੋ ਚੁੱਕੀਆਂ ਨੇ। ਇਹ ਤਸਵੀਰਾਂ ਨਾਗਪੁਰ ਤੋਂ ਸਾਹਮਣੇ ਆਈਆਂ ਨੇ, ਜਿੱਥੇ ਜ਼ਿਲ੍ਹਾ ਅਧਿਕਾਰੀ ਦੇ ਵੱਲੋਂ ਪੂਰੇ ਜ਼ਿਲ੍ਹੇ ਦੇ ਵਿੱਚ ਸਰਕਾਰੀ ਛੁੱਟੀਆਂ ਦਾ ਐਲਾਨ ਕਰ ਦਿੱਤਾ। ਜਦੋਂ ਤੱਕ ਮੀਂਹ ਨਹੀਂ ਹਟਦਾ, ਸੜਕਾਂ ਤੋਂ ਪਾਣੀ ਨਹੀਂ ਹਟਦਾ, ਉਦੋਂ ਤੱਕ ਇੱਥੋਂ ਦੇ ਸਕੂਲ ਨੇ ਜਿਹੜੇ ਉਹ ਬੰਦ ਰਹਿਣਗੇ। ਤਾਂ ਇਹ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਭਾਰੀ ਮੀਂਹ ਨੇ ਇੱਥੇ ਕਹਿਰ ਮਚਾਇਆ ਹੋਇਆ। ਲੋਕਾਂ ਦੇ ਕੰਮ 'ਤੇ ਵੱਡੇ ਪੱਧਰ 'ਤੇ ਅਸਰ ਹੋਇਆ। ਇਸ ਤੋਂ ਬਿਨਾਂ ਓਵਰ ਬ੍ਰਿਜ ਨੇ ਜਿਹੜੇ ਉਹਨਾਂ ਦੇ ਹੇਠਾਂ ਪਾਣੀ ਗੋਡੇ ਗੋਡੇ ਭਰ ਚੁੱਕਿਆ। ਤਾਂ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਤੋਂ ਪਰਹੇਜ਼ ਕਰਨ ਦੀ ਸਲਾਹ ਪ੍ਰਸ਼ਾਸਨ ਦੇ ਵੱਲੋਂ ਦਿੱਤੀ ਗਈ ਹੈ, ਤਾਂ ਜੋ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਾ ਹੋ ਸਕੇ। ਪਰ ਸੜਕਾਂ ਨੇ ਇੱਥੇ ਨਦੀਆਂ ਦਾ ਰੂਪ ਧਾਰ ਲਿਆ। ਤੇਜ਼ ਵਹਾਅ ਦੇ ਵਿੱਚ ਲੋਕਾਂ ਦਾ ਸਮਾਨ ਰੁੜਦਾ ਹੋਇਆ ਨਜ਼ਰ ਆ ਰਿਹਾ। ਭਾਰੀ ਮੀਂਹ ਦੇ ਚਲਦੇ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਗਿਆ। ਪ੍ਰਸ਼ਾਸਨ ਦੇ ਵੱਲੋਂ ਇਸ ਦਾ ਬਕਾਇਦਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ। ਜਦੋਂ ਤੱਕ ਹਾਲਾਤ ਨਹੀਂ ਸੰਭਾਲੇ ਜਾਂਦੇ ਉਦੋਂ ਤੱਕ ਸਕੂਲ ਬੰਦ ਰਹਿਣਗੇ। ਭਾਰੀ ਮੀਂਹ ਨੇ ਇੱਥੇ ਕਹਿਰ ਮਚਾ ਦਿੱਤਾ। ਨਦੀਆਂ ਸੜਕ ਦਾ ਰੂਪ ਧਾਰ ਚੁੱਕੀਆਂ ਨੇ। ਓਵਰਬ੍ਰਿਜ ਬੁਰੀ ਤਰ੍ਹਾਂ ਪਾਣੀ ਦੇ ਨਾਲ ਭਰ ਚੁੱਕੇ ਨੇ। ਨੱਕੋ ਨੱਕ ਪਾਣੀ ਸੜਕਾਂ 'ਤੇ ਚੜ ਚੁੱਕਿਆ। ਇਹ ਤਸਵੀਰਾਂ ਨਾਗਪੁਰ ਦੀਆਂ ਨੇ। ਨਾਗਪੁਰ ਦੇ ਵਿੱਚ ਜ਼ਿਲ੍ਹਾ ਅਧਿਕਾਰੀ ਦੇ ਵੱਲੋਂ ਸਕੂਲ ਦੇ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਗਿਆ। ਇਸ ਦਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ। ਕਿਸ ਤਰੀਕੇ ਦੇ ਨਾਲ ਸੜਕਾਂ ਨੇ ਨਦੀਆਂ ਦਾ ਰੂਪ ਧਾਰ ਲਿਆ। ਪਾਣੀ ਸੜਕਾਂ 'ਤੇ ਓਵਰਫਲੋ ਹੋ ਚੁੱਕਿਆ। ਵੱਡੇ ਪੱਧਰ 'ਤੇ ਲੋਕਾਂ ਦਾ ਨੁਕਸਾਨ ਹੋ ਰਿਹਾ। ਜਨ ਜੀਵਨ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੋ ਰਿਹਾ। ਹਾਲਾਂਕਿ ਤਪਦੀ ਗਰਮੀ ਤੋਂ ਰਾਹਤ ਜ਼ਰੂਰ ਮਿਲੀ, ਪਰ ਬਦਲੇ ਮੌਸਮ ਨੇ ਲੋਕਾਂ ਨੂੰ ਹੋਰ ਬਿਪਤਾ ਦੇ ਵਿੱਚ ਪਾ ਦਿੱਤਾ। ਤਾਂ ਭਾਰੀ ਮੀਂਹ ਦੇ ਚਲਦੇ ਨਾਗਪੁਰ ਦੇ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਗਿਆ। ਸਕੂਲ ਬੰਦ ਰਹਿਣਗੇ ਜਦੋਂ ਤੱਕ ਹਾਲਾਤ ਨਹੀਂ ਸੰਭਾਲੇ ਜਾਂਦੇ। ਇਸ ਆਫਤ ਨਾਲ ਲੋਕਾਂ ਨੂੰ ਭਾਰੀ ਨੁਕਸਾਨ ਹੋਇਆ। ਬਦਲੇ ਮੌਸਮ ਨੇ ਤਰਥੱਲੀ ਮਚਾ ਦਿੱਤੀ। ਜਿੱਧਰ ਦੇਖੋ ਪਾਣੀ ਹੀ ਪਾਣੀ ਨਜ਼ਰ ਆ ਰਿਹਾ। ਓਵਰਬ੍ਰਿਜ ਨੱਕੋ ਨੱਕ ਬੁਰੇ ਤਰੀਕੇ ਨਾਲ ਭਰ ਚੁੱਕੇ ਨੇ। ਇਸ ਤੋਂ ਬਿਨਾਂ ਬਾਜ਼ਾਰਾਂ ਦੇ ਵਿੱਚ ਸੜਕਾਂ ਪੂਰੀ ਤਰ੍ਹਾਂ ਪਾਣੀ ਦੇ ਨਾਲ ਓਵਰਫਲੋ ਹੋ ਚੁੱਕੀਆਂ ਨੇ। ਇਹ ਤਸਵੀਰਾਂ ਨਾਗਪੁਰ ਤੋਂ ਸਾਹਮਣੇ ਆਈਆਂ ਨੇ, ਜਿੱਥੇ ਜ਼ਿਲ੍ਹਾ ਅਧਿਕਾਰੀ ਦੇ ਵੱਲੋਂ ਪੂਰੇ ਜ਼ਿਲ੍ਹੇ ਦੇ ਵਿੱਚ ਸਰਕਾਰੀ ਛੁੱਟੀਆਂ ਦਾ ਐਲਾਨ ਕਰ ਦਿੱਤਾ। ਜਦੋਂ ਤੱਕ ਮੀਂਹ ਨਹੀਂ ਹਟਦਾ, ਸੜਕਾਂ ਤੋਂ ਪਾਣੀ ਨਹੀਂ ਹਟਦਾ,
ਉਦੋਂ ਤੱਕ ਇੱਥੋਂ ਦੇ ਸਕੂਲ ਨੇ ਜਿਹੜੇ ਉਹ ਬੰਦ ਰਹਿਣਗੇ। ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਭਾਰੀ ਮੀਂਹ ਨੇ ਇੱਥੇ ਕਹਿਰ ਮਚਾਇਆ ਹੋਇਆ, ਲੋਕਾਂ ਦੇ ਕੰਮ 'ਤੇ ਵੱਡੇ ਪੱਧਰ 'ਤੇ ਅਸਰ ਹੋਇਆ। ਇਸ ਤੋਂ ਬਿਨਾਂ ਓਵਰ ਬ੍ਰਿਜ ਨੇ ਜਿਹੜੇ ਉਹਨਾਂ ਦੇ ਹੇਠਾਂ ਪਾਣੀ ਗੋਡੇ ਗੋਡੇ ਭਰ ਚੁੱਕਿਆ। ਤਾਂ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਤੋਂ ਪਰਹੇਜ਼ ਕਰਨ ਦੀ ਸਲਾਹ ਪ੍ਰਸ਼ਾਸਨ ਦੇ ਵੱਲੋਂ ਦਿੱਤੀ ਗਈ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਾ ਹੋ ਸਕੇ। ਪਰ ਸੜਕਾਂ ਨੇ ਇੱਥੇ ਨਦੀਆਂ ਦਾ ਰੂਪ ਧਾਰ ਲਿਆ। ਤੇਜ਼ ਵਹਾਅ ਦੇ ਵਿੱਚ ਲੋਕਾਂ ਦਾ ਸਮਾਨ ਰੁੜਦਾ ਹੋਇਆ ਨਜ਼ਰ ਆ ਰਿਹਾ। ਭਾਰੀ ਮੀਂਹ ਦੇ ਚਲਦੇ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਗਿਆ। ਪ੍ਰਸ਼ਾਸਨ ਦੇ ਵੱਲੋਂ ਇਸ ਦਾ ਬਕਾਇਦਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ। ਜਦੋਂ ਤੱਕ ਹਾਲਾਤ ਨਹੀਂ ਸੰਭਾਲੇ ਜਾਂਦੇ ਉਦੋਂ ਤੱਕ ਸਕੂਲ ਬੰਦ ਰਹਿਣਗੇ। ਭਾਰੀ ਮੀਂਹ ਨੇ ਇੱਥੇ ਕਹਿਰ ਮਚਾ ਦਿੱਤਾ। ਨਦੀਆਂ ਸੜਕ ਦਾ ਰੂਪ ਧਾਰ ਚੁੱਕੀਆਂ ਨੇ। ਓਵਰ ਬ੍ਰਿਜ ਬੁਰੀ ਤਰ੍ਹਾਂ ਪਾਣੀ ਦੇ ਨਾਲ ਭਰ ਚੁੱਕੇ ਨੇ। ਨੱਕੋ ਨੱਕ ਪਾਣੀ ਸੜਕਾਂ 'ਤੇ ਚੜ੍ਹ ਚੁੱਕਿਆ। ਇਹ ਤਸਵੀਰਾਂ ਨਾਗਪੁਰ ਦੀਆਂ ਨੇ। ਨਾਗਪੁਰ ਦੇ ਵਿੱਚ ਜ਼ਿਲ੍ਹਾ ਅਧਿਕਾਰੀ ਦੇ ਵੱਲੋਂ ਸਕੂਲ ਦੇ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਗਿਆ। ਇਸ ਦਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ। ਕਿਸ ਤਰੀਕੇ ਦੇ ਨਾਲ ਸੜਕਾਂ ਨੇ ਨਦੀਆਂ ਦਾ ਰੂਪ ਧਾਰ ਲਿਆ, ਪਾਣੀ ਸੜਕਾਂ 'ਤੇ ਓਵਰਫਲੋ ਹੋ ਚੁੱਕਿਆ, ਵੱਡੇ ਪੱਧਰ 'ਤੇ ਲੋਕਾਂ ਦਾ ਨੁਕਸਾਨ ਹੋ ਰਿਹਾ, ਜਨ ਜੀਵਨ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੋ ਰਿਹਾ। ਹਾਲਾਂਕਿ ਤਪਦੀ ਗਰਮੀ ਤੋਂ ਰਾਹਤ ਜ਼ਰੂਰ ਮਿਲੀ, ਪਰ ਬਦਲੇ ਮੌਸਮ ਨੇ ਲੋਕਾਂ ਨੂੰ ਹੋਰ ਬਿਪਤਾ ਦੇ ਵਿੱਚ ਪਾ ਦਿੱਤਾ। ਤਾਂ ਭਾਰੀ ਮੀਂਹ ਦੇ ਚਲਦੇ ਨਾਗਪੁਰ ਦੇ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਗਿਆ। ਸਕੂਲ ਬੰਦ ਰਹਿਣਗੇ ਜਦੋਂ ਤੱਕ ਹਾਲਾਤ ਨਹੀਂ ਸੰਭਾਲੇ ਜਾਂਦੇ। ਇਸ ਆਫਤ ਨਾਲ ਲੋਕਾਂ ਨੂੰ ਭਾਰੀ ਨੁਕਸਾਨ ਹੋਇਆ। ਬਦਲੇ ਮੌਸਮ ਨੇ ਤਰਥੱਲੀ ਮਚਾ ਦਿੱਤੀ। ਜਿੱਧਰ ਦੇਖੋ ਪਾਣੀ ਹੀ ਪਾਣੀ ਨਜ਼ਰ ਆ ਰਿਹਾ। ਓਵਰ ਬ੍ਰਿਜ ਨੱਕੋ ਨੱਕ ਬੁਰੇ ਤਰੀਕੇ ਨਾਲ ਭਰ ਚੁੱਕੇ ਨੇ। ਇਸ ਤੋਂ ਬਿਨਾਂ ਬਾਜ਼ਾਰਾਂ ਦੇ ਵਿੱਚ ਸੜਕਾਂ ਪੂਰੀ ਤਰ੍ਹਾਂ ਪਾਣੀ ਦੇ ਨਾਲ ਓਵਰਫਲੋ ਹੋ ਚੁੱਕੀਆਂ ਨੇ। ਇਹ ਤਸਵੀਰਾਂ ਨਾਗਪੁਰ ਤੋਂ ਸਾਹਮਣੇ ਆਈਆਂ ਨੇ, ਜਿੱਥੇ ਜ਼ਿਲ੍ਹਾ ਅਧਿਕਾਰੀ ਦੇ ਵੱਲੋਂ ਪੂਰੇ ਜ਼ਿਲ੍ਹੇ ਦੇ ਵਿੱਚ ਸਰਕਾਰੀ ਛੁੱਟੀਆਂ ਦਾ ਐਲਾਨ ਕਰ ਦਿੱਤਾ। ਜਦੋਂ ਤੱਕ ਮੀਂਹ ਨਹੀਂ ਹਟਦਾ, ਸੜਕਾਂ ਤੋਂ ਪਾਣੀ ਨਹੀਂ ਹਟਦਾ, ਉਦੋਂ ਤੱਕ ਇੱਥੋਂ ਦੇ ਸਕੂਲ ਨੇ ਜਿਹੜੇ ਉਹ ਬੰਦ ਰਹਿਣਗੇ। ਤਾਂ ਇਹ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਭਾਰੀ ਮੀਂਹ ਨੇ ਇੱਥੇ ਕਹਿਰ ਮਚਾਇਆ ਹੋਇਆ, ਲੋਕਾਂ ਦੇ ਕੰਮ 'ਤੇ ਵੱਡੇ ਪੱਧਰ 'ਤੇ ਅਸਰ ਹੋਇਆ। ਇਸ ਤੋਂ ਬਿਨਾਂ ਓਵਰ ਬ੍ਰਿਜ ਨੇ ਜਿਹੜੇ ਉਹਨਾਂ ਦੇ ਹੇਠਾਂ ਪਾਣੀ ਗੋਡੇ ਗੋਡੇ ਭਰ ਚੁੱਕਿਆ। ਤਾਂ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਤੋਂ ਪਰਹੇਜ਼ ਕਰਨ ਦੀ ਸਲਾਹ ਪ੍ਰਸ਼ਾਸਨ ਦੇ ਵੱਲੋਂ ਦਿੱਤੀ ਗਈ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਾ ਹੋ ਸਕੇ। ਪਰ ਸੜਕਾਂ ਨੇ ਇੱਥੇ ਨਦੀਆਂ ਦਾ ਰੂਪ ਧਾਰ ਲਿਆ। ਤੇਜ਼ ਵਹਾਅ ਦੇ ਵਿੱਚ ਲੋਕਾਂ ਦਾ ਸਮਾਨ ਰੁੜਦਾ ਹੋਇਆ ਨਜ਼ਰ ਆ ਰਿਹਾ।